ਤੁਹਾਡੇ ਜਿਹੜੇ ਸਿੰਘ ਨੇ ਨਾ ਉਹਨਾਂ ਦੇ ਵਿੱਚ ਸਿੰਘ ਉਹਨਾਂ ਦੇ ਵਿੱਚ ਸਿੰਘ ਆ ਜਾਣ ਨਾ ਜਿੰਨੇ ਵੀ ਦੁਨੀਆ ਦੇ ਸਾਰੇ ਇਕੱਠੇ ਉੱਗ ਟੁਰ ਜਾਂਦੇ ਇੱਕ ਘੰਟਾ ਮੁਕਾਬਲਾ ਨਹੀਂ ਕਰ ਸਕਦੇ ਬਹੁਤ ਹਰਸਾਂ ਨਹੀਂ ਮੈਂ ਪਿਆਦਾ ਸਿਰਫ ਇੱਕ ਘੰਟਾ ਮੁਕਾਬਲਾ ਤੇ ਦੂਰ ਦੀ ਗੱਲ ਦੇ ਇੱਕ ਘੰਟਾ ਉਹਨਾਂ ਦੇ ਅੱਗੇ ਟਿਕ ਨਹੀਂ ਸਕਦੇ ਅਮਰੀਕਾ ਰਸ਼ੀਆ ਬਰਤਾਨੀਆ ਐਡੀਆਂ ਦੁਨੀਆ ਦੀਆਂ ਨੈਟੋ ਲੈ ਕੇ ਗਏ ਸੁਪਰ ਪਾਵਰ ਤਾਕਤਾਂ ਉਹ ਨਹੀਂ ਨਾ ਜੇ ਉੱਥੇ 20 ਸਾਲਾਂ ਚ ਕੱਖ ਕਰ ਸਕੀਆਂ ਤੇ ਤੁਹਾਡੇ ਸਿੰਘ ਤੇ ਮੇਰਾ ਪੁੱਤਰ ਉੱਥੇ ਖਾਲੋ ਚੱਲਰ ਰੋੜਾਂ ਤੇ ਫਿਰਨ ਲੇ ਨੇ ਵਿਚਾਰੇ ਮਾਈਆਂ ਤੁਹਾਡੀਆਂ ਦੇ ਗਿੱਟੇ ਘਸ ਗਏ ਨੇ ਤੇ ਉਹ ਤੁਹਾਡੀਆਂ ਪੱਗਾਂ ਪੰਜਾਬ ਪੁਲਿਸ ਨੇ ਰੋਲ ਛੜੀਆਂ ਨੇ ਦਿੱਲੀ ਵਾਲਿਆਂ ਨੇ ਸਮਝ ਨਾ ਤੇ ਹੱਕ ਨਹੀਂ ਪਿਆ ਮੋਦੀ ਦੇਂਦਾ ਤੁਹਾਡੇ ਕੋਲ ਦੇ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਮੁਲਕ ਦਾ ਉਹ ਨਹੀਂ ਤੁਹਾਡੀ ਪਿਆ ਗੱਲ ਮੰਨਦਾ ਇੱਕ ਬਿੱਲ ਨਹੀਂ ਪਿਆ ਜਿਹੜਾ ਤੁਹਾਡਾ تسلیم ਕਰਦਾ ਤੇ ਤੂੰ ਹੀ ਮੇਰਾ ਪੁੱਤਰ ਕਿਹੜੇ ਖਵਾਬਾਂ ਚ ਲਗੇ ਫਿਰਦੇ ਹੋ ਇੱਕ ਕਹਿੰਦੇ ਆ ਕਿ ਤਾਲਬਾਨਾਂ ਦਾ ਮੁਕਾਬਲਾ ਜਿਹੜਾ ਨਾ ਉਹ ਸਿੱਖ ਸਾਡੇ ਕਰ ਸਕਦੇ ਨੇ ਅੰਨੀ ਤੇ ਆ ਪਹਿਲਾਂ ਤੇ ਇਹ ਸੋਚੇ ਮਜ਼ਾਕ ਏ ਨਹੀਂ ਇਹ ਮਜ਼ਾਕ ਏ ਉਹ ਤਾਲਬਾਨ ਨੇ ਮੁਜਾਹਿਦਿਨ ਨੇ ਕੁਰਾਨ ਪੜ੍ਹੇ ਨੇ ਪੰਜੇ ਵਕਤ ਦੀ ਨਮਾਜ਼ੀ ਨੇ ਫਦਾਈ ਹਮਲੇ ਕਰਦੇ ਨੇ ਛਾਤੀਆਂ ਦੇ ਬੰਬ ਬਨ ਕੇ ਸਮਝਣਾ ਤੇ ਤੁਹਾਡੇ ਵਰਗੇ ਜਿਹੜੇ ਨੇ ਨਾ ਛਾਤੀ ਤੇ ਬੰਬ ਬਨ ਕੇ ਜਦੋਂ ਫਦਾਈ ਹਮਲਾ ਕਰਦੇ ਨੇ ਨਾ ਤੇ ਟੀਵੀ ਦੇ ਵਿੱਚੋਂ ਵੇਖ ਕੇ ਨਿਊਜ਼ ਵੇਖ ਕੇ ਨਾ ਤੇ ਤੁਹਾਡਿਆਂ ਵਰਗੇ ਦੀ ਪੈਂਟ ਗਿੱਲੀ ਹੋ ਜਾਂਦੀ ਹੈ ਨਾਲੇ ਸਮਝਣਾ ਕੋਈ ਅਕਲ ਨੂੰ ਹੱਥ ਮਾਰੋ ਕਿਹੜੇ ਪਾਸੇ ਟੁਰ ਪਏ ਹੋ ਨਹੀਂ ਇਹ ਮਜ਼ਾਕ ਏ ਅੱਲਾ ਦੇ ਬੰਦੇ ਆ ਇੱਕ ਵਾਰੀ ਸੋਚ ਤੇ ਫੇਰ ਬੋਲ ਸਮਝਣਾ ਤੁਹਾਡੇ ਜਿਹੜੇ ਸਿੰਘ ਨੇ ਨਾ ਉਹਨਾਂ ਦੇ ਵੀ ਸਿੰਘ ਉਹਨਾਂ ਦੇ ਵੀ ਸਿੰਘ ਆ ਜਾਣ ਨਾ ਜਿੰਨੇ ਵੀ ਦੁਨੀਆ ਦੇ ਸਾਰੇ ਇਕੱਠੇ ਹੋ ਕੇ ਟੁਰ ਜਾਂਦੇ ਇੱਕ ਘੰਟਾ ਮੁਕਾਬਲਾ ਨਹੀਂ ਕਰ ਸਕਦੇ ਬਹੁਤ ਹਰਸਾ ਨਹੀਂ ਮੈਂ ਪਿਆਂਦਾ ਸਿਰਫ ਇੱਕ ਘੰਟਾ ਮੁਕਾਬਲਾ ਤੇ ਦੂਰ ਦੀ ਗੱਲ ਏ ਇੱਕ ਘੰਟਾ ਉਹਨਾਂ ਦੇ ਅੱਗੇ ਟਿਕ ਨਹੀਂ ਸਕਦੇ ਸਮਝਣਾ ਤੇ ਇਹ ਗੱਲਾਂ ਸਿਰਫ ਜਿਹੜੀਆਂ ਨਾ ਬੈਕ ਕਰਨੀਆਂ ਸੌਖੀਆਂ ਨੇ ਅਮਰੀਕਾ ਰਸ਼ੀਆ ਬਰਤਾਨੀਆ ਐਡੀਆਂ ਦੁਨੀਆਂ ਦੀਆਂ ਨੈਟੋ ਲੈ ਕੇ ਗਏ ਸੁਪਰ ਪਾਵਰ ਤਾਕਤਾਂ ਉਹ ਨਹੀਂ ਨਾ ਜੇ ਉੱਥੇ 20 ਸਾਲਾਂ ਚੱਕ ਕਰ ਸਕੀਆਂ ਤੇ ਤੁਹਾਡੇ ਸਿੰਘ ਤੇ ਮੇਰਾ ਪੁੱਤਰ ਉੱਥੇ ਸਾਲ ਉਹ ਚੱਲ ਰੋੜਾਂ ਤੇ ਫਿਰਨ ਲੇ ਨੇ ਵਿਚਾਰੇ ਮਾਈਆਂ ਤੁਹਾਡੀਆਂ ਦੇ ਗਿੱਟੇ ਕੱਸ ਗਏ ਨੇ ਤੇ ਉਹ ਤੁਹਾਡਿਆਂ ਦੀਆਂ ਪੱਗਾਂ ਪੰਜਾਬ ਪੁਲਿਸ ਨੇ ਰੋਲ ਛੜੀਆਂ ਨੇ ਦਿੱਲੀ ਵਾਲਿਆਂ ਨੇ ਸਮਝ ਨਾ ਤੇ ਹੱਕ ਨਹੀਂ ਪਿਆ ਮੋਦੀ ਦੇਂਦਾ ਤੁਹਾਡੇ ਕੋਲ ਦੇ ਇੱਕ ਪ੍ਰਾਈਮ ਮਿਨਿਸਟਰ ਜਿਹੜਾ ਇੱਕ ਮੁਲਕ ਦਾ ਉਹ ਨਹੀਂ ਤੁਹਾਡੀ ਪਿਆ ਗੱਲ ਮੰਨਦਾ ਇੱਕ ਬਿੱਲ ਨਹੀਂ ਪਿਆ ਜਿਹੜਾ ਤੁਹਾਡਾ تسلیم ਕਰਦਾ ਤੇ ਤੂੰ ਹੀ ਮੇਰਾ ਪੁੱਤਰ ਕਿਹੜੇ ਖਵਾਬਾਂ ਚ ਲਗੇ ਫਿਰਦੇ ਹੋ ਨਹੀਂ ਕਿਹੜੇ ਖਵਾਬਾਂ ਚ ਲਗੇ ਫਿਰਦੇ ਹੋ ਇਹ ਸੋਚੋ ਸਮਝਣਾ ਕਾਵਾਂ ਚ ਤੇ ਬਾਦ ਚ ਬੜਾ ਫਰਕ ਹੁੰਦਾ ਹੈ ਕਾਂ ਜਿਹੜੇ ਨੇ ਨਾ ਉਹਨਾਂ ਇਤੇ ਬਾਦਾਂ ਚ ਬੜਾ ਫਰਕ ਹੁੰਦਾ ਹੈ ਬਾਦ ਜਿਹੜੇ ਨੇ ਰਾਹ ਡਾਕਦੇ ਨੇ ਸਮਝਣਾ ਤੇ ਸਮਾਨਾਂ ਦੀਆਂ ਸਾਰਾਂ ਕਰਦੇ ਨੇ ਉਹਨਾਂ ਦੀ ਫਜ਼ਾਜ ਤੇ ਕਾਵਾਂ ਦੇ ਚ ਬੜਾ ਫਰਕ ਹੈ ਪਰਵਾਹ ਚ ਮੇਰਾ ਪੁੱਤਰ ਹੋਸ਼ ਕਰ ਤੇ ਜਿਹੜੀ ਗੱਲ ਹਰੀ ਸਿੰਘ ਨਲਵੇ ਦੀ ਹੈ ਨਾ 50 ਸਾਲ ਪੰਜਾਬ ਚ ਹਕੂਮਤ ਕੀਤੀ ਉਹ ਵੀ ਮੁਸਲਮਾਨਾਂ ਦੇ ਨਾਲ ਰਲ ਕੇ ਸਹੀ ਹੈ ਕਿਉਂਕਿ ਮੁਸਲਮਾਨ ਉਹਦੋਂ ਦੇ ਮੁਗਲਾਂ ਤੋਂ ਤੰਗ ਹੰਦੇ ਉਹਨਾਂ ਨਾਲ ਤੁਹਾਡਾ ਸਾਥ ਦਿੱਤਾ ਚਲੋ ਠੀਕ ਹੋ ਗਿਆ ਤੇ ਤੂੰ ਹ ਜੇ ਕੋਈ ਫਗਾਨਾਂ ਨਾਲ ਮਾੜੀ ਦੀ ਝੜਪ ਲਾ ਲਈ ਤੇ ਉਹ ਵੱਖਰੀ ਗੱਲ ਹੈ ਉਹ ਫਗਾਨ ਹਨ ਅਫਗਾਨਾਂ ਚ ਤੇ ਤਾਲਬਾਨਾਂ ਤੇ ਮੁਸਲਮਾਨਾਂ ਜਮੀਨ ਸਮਾਨ ਦਾ ਫਰਕ ਹੈ ਤਾਲਬਾਨ ਇਸਲਾਮ ਨੂੰ ਫਾਲੋ ਕਰਦੇ ਆ ਤੇ ਆਮ ਅਫਗਾਨ ਤੇਰੇ ਵਰ ਵਰਗੇ ਜਿਹੜੇ ਨੇ ਨਾ ਬਸ ਸੋਸ਼ਲ ਮੀਡੀਆ ਤੇ ਬਕਵਾਸ ਕਰ ਸਕਦੇ ਨੇ ਜੰਗ ਨਹੀਂ ਲੜ ਸਕਦੇ ਮੇਰਾ ਪੁੱਤਰ ਪਹਿਲਾਂ ਸੋਚ ਉਹ ਤਾਲਬਾਨ ਨੇ ਉਹ ਜਿਹੜੇ ਨੇ ਨਾ ਤਾਲਬਾਨ ਨੇ ਤੂੰ ਹੀ ਬਸ ਜਿਹੜਾ ਨਾ ਗੱਲਾਂ ਕਰ ਸਕਦੇ ਹੋ ਕੁਝ ਕਰ ਨਹੀਂ ਸਕਦੇ ਮੇਰਾ ਪੁੱਤਰ ਜੇ ਇੰਨੇ ਚਾ ਹੈ ਨਾ ਸਿਰਫ ਵਿਜ਼ਿਟ ਕਰਕੇ ਆ ਜਾ ਤਾਲਬਾਨ ਦਾ ਪਤਾ ਲੱਗ ਜਾਏਗਾ ਤੈਨੂੰ ਅਫਗਾਨਿਸਤਾਨ ਦਾ ਸਹੀ ਏ ਤੂੰ ਮੇਰਾ ਪੁੱਤਰ ਕਾਰ ਚ ਬੈ ਕੇ ਵੀਡੀਓ ਬਸ ਬਣਾ ਸਕਣਾ ਇੰਨੀ ਔਕਾਤ ਨਹੀਂ ਤੁਹਾਡੀ ਸਮਝ ਗਏ ਹੋਸ਼ ਕਰਕੇ ਬੋਲਿਆ